UPSC ਇਹ ਸ਼ਬਦ ਸੁਣਦੇ ਹੀ ਸਾਡੇ ਦਿਮਾਗਾਂ 'ਚ ਆਉਂਦਾ ਹੈ ਕਿ ਰਾਤਾਂ ਜਾਗ ਕੇ ਪੜ੍ਹਨਾ, ਦੁਨੀਆਦਾਰੀ ਛੱਡ ਦੇਣਾ, ਸਾਲਾ-ਸਾਲ ਮਿਹਨਤ ਕਰਨੀ ਪਰ ਫਿਰ ਵੀ ਪੇਪਰ ਕਲੀਅਰ ਨਹੀਂ ਹੋਣਾ ਤੇ ਕਿਸੇ ਹੋਰ ਨੂੰ ਨੌਕਰੀ ਦਾ ਮਿਲ ਜਾਣਾ। ਇਹ ਸਭ ਗੱਲਾਂ ਲੱਖਾਂ ਦੀ ਤعداد ਦੇ ਵਿੱਚ ਵਿਦਿਆਰਥੀ ਤਕਰੀਬਨ ਹਰ ਰੋਜ਼ ਸੋਚਦੇ ਨੇ ਪਰ ਕਈ ਲੋਕ ਅਜਿਹੇ ਵੀ ਨੇ ਜਿਨ੍ਹਾਂ ਲਈ UPSC ਇੱਕ ਮਜ਼ਾਕ ਹੈ। UPSC ਕਲੀਅਰ ਕਰਕੇ ਨੌਕਰੀ ਲੈਣਾ ਉਹਨਾਂ ਦੇ ਲਈ ਇੱਕ ਚੁਟਕੀ ਦਾ ਖੇਲ ਹੈ। ਕਰਨਾ ਕੀ ਹੈ ਕੁਝ ਨਹੀਂ ਬਸ ਫਰਜ਼ੀ ਸਰਟੀਫਿਕੇਟ ਬਣਾਓ ਤੇ ਭ੍ਰਸ਼ਟਾਚਾਰ ਕਰੋ ਤੇ ਉਸ ਤੋਂ ਬਾਅਦ ਨੌਕਰੀ ਮਿਲ ਗਈ ਮੈਂ ਇਹ ਗੱਲ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੀ ਇਹ ਹੋਇਆ ਹੈ ਭਾਰਤ ਦੇ ਵਿੱਚ ਤੇ ਅੱਜਕੱਲ ਇਹ ਚਰਚਾ ਦੇ ਵਿੱਚ ਵੀ ਹੈ ਇਹ ਦੋਸ਼ ਲੱਗੇ ਹਨ ਮਹਾਰਾਸ਼ਟਰ ਦੀ ਇੱਕ ਟ੍ਰੇਨੀ ਆਈਏਐਸ ਅਫਸਰ ਪੂਜਾ ਖੇੜਕਰਦੇ ਉੱਤੇ ਦੋਸ਼ ਇਹ ਕਿਹਾ ਜਾ ਰਿਹਾ ਹੈ ਕਿ ਪੂਜਾ ਯੂਪੀਐਸਸੀ ਤਹਿਤ ਨੌਕਰੀ ਪਾਉਣ ਲਈ ਆਪਣਾ ਨਾਮ ਆਪਣੀ ਉਮਰ ਆਪਣੇ ਮਾਪੇ ਦਾ ਨਾਮ ਕਾਗਜ਼ਾਂ 'ਚ ਗਲਤ ਲਿਖਵਾਈ ਹੈ ਐਨਾਈ ਨਹੀਂ ਪੂਜਾ ਨੇ ਮਾਨਸਿਕ ਤੌਰ ਤੇ ਬਿਮਾਰ ਹੋਣ ਅਤੇ ਅੱਖਾਂ ਤੋਂ ਨੇਤਰਹੀਨ ਹੋਣ ਦਾ ਡਰਾਮਾ ਵੀ ਰਚਿਆ ਤੇ ਜਾਲੀ ਸਰਟੀਫਿਕੇਟ ਵੀ ਬਣਵਾਏ। ਉਹ ਹਸਪਤਾਲਾਂ ਦੇ ਵਿੱਚ ਗਈ ਹੈ। ਇਸ ਤੋਂ ਇਲਾਵਾ OBC ਕੈਟਾਗਰੀ ਦਾ ਜਾਲੀ ਸਰਟੀਫਿਕੇਟ ਬਣਾਉਣ ਦੇ ਲਈ ਉਸ ਨੇ ਕਈ ਪਾਪੜ ਵੇਲੇ ਨੇ। ਨਾਲ ਦੀ ਨਾਲ ਪੂਜਾ ਤੇ ਵਾਰ-ਵਾਰ OBC ਕੈਟਾਗਰੀ ਨਾਲ ਸੰਬੰਧਿਤ ਹੋਣ ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਉਸ ਦੇ ਤਹਿਤ IAS ਦੀ ਨੌਕਰੀ ਹਾਸਲ ਕਰਨ ਦਾ ਵੀ ਦੋਸ਼ ਲੱਗਿਆ। ਪਰ ਪੂਜਾ ਹੁਣ ਫੜੀ ਗਈ ਹੈ। UPSC ਨੇ ਪੂਜਾ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਪੂਜਾ ਖੇੜਕਰ ਆਖਰ ਕੌਣ ਹੈ ਪੂਜਾ ਖੇੜਕਰ 2023 ਬੈਚ ਦੀ ਆਈਏਐਸ ਅਧਿਕਾਰੀ ਹੈ ਉਸਰੇ ਯੂਪੀਐਸਸੀ ਪ੍ਰੀਖਿਆ 'ਚ ਦੇਸ਼ ਭਰ ਦੇ ਵਿੱਚੋਂ 841ਵਾਂ ਰੈਂਕ ਹਾਸਲ ਕੀਤਾ। ਉਹ ਅਜੇ ਪੂਨੇ ਦੇ ਵਿੱਚ ਟ੍ਰੇਨਿੰਗ ਲੈ ਹੀ ਰਹੀ ਸੀ ਕਿ ਇਸੇ ਸਮੇਂ ਦੌਰਾਨ ਉਹ ਆਪਣੀ ਨਿੱਜੀ ਆਡੀ ਕਾਰ ਤੇ ਲਾਲ ਬੱਤੀ ਅਤੇ ਮਹਾਰਾਸ਼ਟਰ ਸਰਕਾਰ ਦਾ ਸਟicker ਲਾ ਕੇ ਘੁੰਮਦੀ ਦੇਖੀ ਗਈ। ਇਸ ਦੀ ਸ਼ਿਕਾਇਤ ਪੂਨੇ ਦੇ ਇੱਕ ਡਿਸਟ੍ਰਿਕਟ ਕਲੈਕਟਰ ਸੁਹਾਸ ਦਿਵਾਸੇ ਨੇ ਕੀਤੀ। ਜਿਸ ਤੋਂ ਬਾਅਦ ਪੂਜਾ ਦਾ ਤਬਾਦਲਾ ਵਾਸ਼ਿਮ ਕਰ ਦਿੱਤਾ ਗਿਆ। 16 ਜੁਲਾਈ 2024 ਨੂੰ ਕੇਂਦਰ ਸਰਕਾਰ ਨੇ ਪੂਜਾ ਦੀ ਟ੍ਰੇਨਿੰਗ ਰੋਕ ਦਿੱਤੀ। ਪੂਜਾ ਖੇਡਕਰ ਖਿਲਾਫ ਚੱਲੀ ਜਾਂਚ ਦੇ ਵਿੱਚ ਸਾਮ ਨੇ ਪਾਇਆ ਗਿਆ ਕਿ ਉਸਨੇ ਪ੍ਰਿਖਿਆ ਨਿਯਮਾਂ ਅਨੁਸਾਰ ਆਪਣਾ ਨਾਮ ਆਪਣੇ ਪਿਤਾ ਅਤੇ ਮਾਤਾ ਦਾ ਨਾਮ ਉਸਦੀ ਫੋਟੋ ਦਸਤਖਤ ਈਮੇਲ ਆਈਡੀ ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਧੋਖਾਧੜੀ ਕੀਤੀ ਹੈ ਇਸ ਲਈ ਯੂਪੀਐਸਸੀ ਨੇ ਪੁਲਿਸ ਅਧਿਕਾਰੀਆਂ ਕੋਲ ਐਫਆਈਆਰ ਦਰਜ ਕਰਵਾ ਕੇ ਪੂਜਾ ਦੇ ਖਿਲਾਫ ਅਪਰਾਧੀ ਕੇਸ ਸਮੇਤ ਕਈ ਕਾਰਵਾਈਆਂ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਉਸ ਦੀ ਸਿਵਲ ਉਮੀਦਵਾਰੀ ਨੂੰ ਰੱਦ ਕਰਨ ਦੇ ਲਈ ਉਸ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਪੂਰਾ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਯੂਪੀਐਸਸੀ ਦਾ ਅਟੈਂਪਟ ਵਧਾਉਣ ਦੇ ਲਈ ਆਪਣਾ ਨਾਮ ਅਤੇ ਉਮਰ ਬਦਲ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਮਤਲਬ ਕਿ ਕੈਟ ਦੇ ਵਿੱਚ ਪੂਜਾ ਦੇ ਵੱਲੋਂ ਲਗਾਏ ਗਏ ਦੋ ਹਲਫਨਾਮਿਆਂ ਦੇ ਵਿੱਚ ਪੂਜਾ ਦਾ ਨਾਮ ਅਲੱਗ-ਅਲੱਗ ਹੈ ਜਾਨੀ ਕਿ ਇੱਕ ਵਾਰੀ ਕੋਈ ਹੋਰ ਨਾਮ ਲਿਖਿਆ ਤੇ ਦੂਜੀ ਵਾਰੀ ਕੋਈ ਹੋਰ ਨਾਮ ਪੂਜਾ ਨੇ 2020 ਦੀ ਆਪਣੀ ਐਪਲੀਕੇਸ਼ਨ ਦੇ ਵਿੱਚ ਆਪਣਾ ਨਾਮ ਖੇੜਕਰ ਪੂਜਾ ਦਲੀਪ ਰਾਉਦ ਲਿਖਿਆ ਅਤੇ ਉਸ ਦੀ ਉਮਰ 30 ਸਾਲ ਦੱਸੀ ਗਈ ਜਦ ਕਿ 2023 ਦੇ ਵਿੱਚ ਜਿਹੜੀ ਐਪਲੀਕੇਸ਼ਨ ਦਰਜ ਕੀਤੀ ਗਈ ਉਸ ਦੇ ਵਿੱਚ ਪੂਜਾ ਨੇ ਆਪਣਾ ਨਾਮ ਪੂਜਾ ਮਨੋਰਮਨ ਦਲੀਪ ਖੇੜਕਰ ਲਿਖਿਆ ਅਤੇ ਉਮਰ ਅਤੇ ਉਮਰ 31 ਸਾਲ ਦੱਸੀ ਹੁਣ ਸਵਾਲ ਉੱਠ ਰਿਹਾ ਹੈ ਕਿ ਆਖਿਰ 3 ਸਾਲ ਦੇ ਅੰਤਰ ਦੇ ਵਿੱਚ ਉਮਰ ਸਿਰਫ 1 ਸਾਲ ਕਿਵੇਂ ਵਧੀ ਹੈ ਦਰਅਸਲ ਇਹ ਮੰਨਿਆ ਜਾ ਰਿਹਾ ਹੈ ਕਿ ਪੂਜਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ OBC ਕੈਟਾਗਰੀ ਦੇ ਵਿੱਚ 35 ਸਾਲ ਤੱਕ ਇੱਕ ਪ੍ਰੀਖਿਆਰਤੀ 11 ਵਾਰ ਰੁਪਿਆ ਸੀ ਦਾ ਪੇਪਰ ਦੇ ਸਕਦਾ ਹੈ ਜਦ ਕਿ ਜਨਰਲ ਕੈਟਾਗਰੀ ਦੇ ਵਿੱਚ ਉਮਰ ਸਿਰਫ 32 ਸਾਲ ਤੱਕ ਹੈ ਅਤੇ ਪੇਪਰ ਦੇਣ ਦੇ ਮੌਕੇ ਵੀ 9 ਹਨ 11 ਨਹੀਂ ਜੋ OBC ਕੈਟਾਗਰੀ ਦੇ ਵਿੱਚ ਨੇ ਇਸ ਤੋਂ ਇਲਾਵਾ ਮੀਡੀਆ ਰਿਪੋਰਟਾ ਮੁਤਾਬਿਕ ਇਸ ਆਡੀ ਗੱਡੀ ਦੇ ਵਿੱਚ ਲਾਲ ਜਾਂ ਨੀਲੀ ਬੱਤੀ ਲਗਾ ਕੇ ਪੂਜਾ ਘੁੰਮਦੀ ਹੈ ਉਸ ਗੱਡੀ ਦੇ ਉੱਤੇ 26000 ਰੁਪਏ ਦਾ ਜੁਰਮਾਨਾ ਵੀ ਬਾਕੀ ਹੈ ਉਸ ਦੇ ਉੱਤੇ ਚਲਾਣ ਕੀਤੇ ਗਏ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਵੀ ਮਾਮਲੇ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਜੇਕਰ ਪੂਜਾ ਖੇੜਕਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪੂਜਾ ਖੇੜਕਰ ਦੇ ਪਿਤਾ ਦਲੀਪ ਖੇੜਕਰ ਮਹਾਰਾਸ਼ਟਰ ਸਰਕਾਰ ਦੇ ਰਿਟਾਇਰਡ ਅਧਿਕਾਰੀ ਹਨ ਜਦਕਿ ਉਸ ਦੀ ਮਾਂ ਮਨੋਰਮਾ ਪਿੰਡ ਦੀ ਸਰਪੰਚ ਰਹੀ ਹੈ ਮਾਂ ਨੂੰ ਵੀ ਪੁਲਿਸ ਨੇ ਥੋੜੇ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਕਿਉਂਕਿ ਉਸ ਦਾ ਇੱਕ ਵੀਡੀਓ ਆਇਆ ਸੀ ਜਿਸ ਦੇ ਵਿੱਚ ਉਹ ਪਿਸਤੌਲ ਦੀ ਨੋਕ ਤੇ ਕਿਸਾਨਾਂ ਨੂੰ ਧਮਕਾ ਰਹੀ ਹੈ ਪੂਜਾ ਦੇ ਪਿਤਾ ਦਲੀਪ ਖੇੜਕਰ ਅਜੇ ਫਰਾਰ ਛਾਲ ਰਹੇ ਨੇ ਉਧਰ ਜਾਲੀ ਸਰਟੀਫਿਕੇਟ ਦੇਣ ਦੇ ਮਾਮਲੇ 'ਚ ਪੂਜਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਚਾਰੀਆਂ ਨੇ ਲੋਕ ਸੇਵਾ ਕਮਿਸ਼ਨ ਮਤਲਬ ਕਿ ਯੂਪੀ ਵੱਡੀ ਕਾਰਵਾਈ ਕਰਦੇ ਹੋਏ ਪੂਜਾ ਦੇ ਖਿਲਾਫ ਤੋਖਤ ਅੱਡੀ ਦਾ ਮਾਮਲਾ ਦਰਜ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਯੂਪੀਐਸਸੀ ਨੇ ਪੂਜਾ ਖੇਡ ਕਰਦੀ ਉਮੀਦਵਾਰੀ ਰੱਦ ਕਰਨ ਸਬੰਧੀ ਵੀ ਨੋਟਿਸ ਜਾਰੀ ਕੀ ਰੱਖ ਦਿੱਤਾ ਯੂਪੀਐਸਸੀ ਦਾ ਕਹਿਣਾ ਹੈ ਕਿ ਪੂਜਾ ਨੇ ਝਾਲੀ ਪਛਾਣ ਦੀ ਵਰਤੋਂ ਕਰਕੇ ਪ੍ਰੀਖਿਆ ਦਿੱਤੀ ਸੀ ਇਮਤਿਹਾਨ ਦੇਣ ਦੇ ਲਈ ਪੂਜਾ ਨੇ ਆਪਣੀ ਅਸਲ ਪਛਾਣ ਛੁਪਾਈ ਅਤੇ ਫਰਜ਼ੀ ਪਛਾਣ ਦੇ ਕੇ ਪ੍ਰੀਖਿਆ ਦਿੱਤੀ ਯੂਪੀਐਸਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਇਸ ਦੇ ਵਿੱਚ ਕਿਹਾ ਗਿਆ ਕਿ ਯੂਪੀਐਸਸੀ ਨੇ ਸਿਵਲ ਸੇਵਾਵਾਂ ਮਾਂ ਪ੍ਰੀਖਿਆ 2022 ਦੇ ਲਈ ਸਿਫਾਰਿਸ਼ ਕੀਤੀ ਉਮੀਦਵਾਰ ਪੂਜਾ ਮਨੋਰਮਨ ਧਲੀਪ ਖੇੜਗਰ ਦੇ ਦੁਰਵਿਵਹਾਰ ਦੀ ਵਿਸਤ੍ਰਿਤ ਅਤੇ ਡੂੰਘਾਈ ਦੇ ਨਾਲ ਜਾਂਚ ਕੀਤੀ ਹੈ ਇਸ ਪੂਰੇ ਵਿਵਾਦ ਤੋਂ ਬਾਅਦ ਯੂਪੀਐਸਸੀ ਨੇ ਆਪਣੇ ਭਰੋਸੇਯੋਗਤਾ ਬਾਰੇ ਕਿਹਾ ਕਿ ਸਿਵਲ ਸਰਵਿਸੇਸ ਪ੍ਰੀਖਿਆ 2022 ਦੇ ਨਿਯਮਾਂ ਅਨੁਸਾਰ ਯੂਪੀਐਸਸੀ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੈ ਅਤੇ ਆਪਣੇ ਸੰਵਿਧਾਨਕ ਹੁਕਮਾਂ ਦੀ ਸ਼ਕਤੀ ਦੇ ਨਾਲ ਪਾਲਣਾ ਕਰਦਾ ਹੈ। ਅਤੇ ਬਿਨਾਂ ਕਿਸੇ ਸਮਝੌਤੇ ਦੇ ਸਾਰੀਆਂ ਪ੍ਰੀਖਿਆਵਾਂ ਦਾ ਸੰਚਾਲਨ ਕਰਦਾ ਹੈ। ਯੂਪੀਐਸਸੀ ਨੇ ਇਹ ਵੀ ਕਿਹਾ ਕਿ ਯੂਪੀਐਸਸੀ ਨੇ ਪੂਰੀ ਨਿਰਪੱਖਤਾ ਅਤੇ ਨਿਯਮਾਂ ਦੀ ਸ਼ਕਤੀ ਦੇ ਨਾਲ ਪਾਲਣਾ ਕਰਦਿਆਂ ਹੋਇਆਂ ਸਾਰੀਆਂ ਪ੍ਰੀਖਿਆਵਾਂ ਕਰਵਾਈਆਂ ਨੇ ਜਿਸ ਦੇ ਵਿੱਚ ਪਵਿੱਤਰਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਇਆ ਗਿਆ। ਯੂਪੀਐਸਸੀ ਨੇ ਜਨਤਾ ਖਾਸ ਤੌਰ ਤੇ ਉਮੀਦਵਾਰਾਂ ਤੋਂ ਵਿਸ਼ਵਾਸ ਅਤੇ ਪ੍ਰੋਸਿਅੋਯਗਤਾ ਪ੍ਰਾਪਤ ਕੀਤਾ ਹੈ। ਕਮਿਸ਼ਨ ਸਪਸ਼ਟ ਤੌਰ ਤੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਜਿਹਾ ਭਰੋਸਾ ਅਤੇ ਭਰੋਸੇਯੋਗਤਾ ਬਰਕਰਾਰ ਰਹੇ ਅਤੇ ਇਸ ਦੇ ਵਿੱਚ ਕੋਈ ਸਮਝੌਤਾ ਨਾ ਹੋਵੇ ਤਾਂ ਯੂਪੀਐਸਸੀ ਨੇ ਆਪਣੇ ਵੱਲੋਂ ਗੱਲ ਸਾਫ਼ ਕਰ ਦਿੱਤੀ ਹੈ ਕਿ ਅਸੀਂ ਕਿਸੇ ਵੀ ਪਦਰ ਦੇ ਉੱਤੇ ਕੋਈ ਵੀ ਅ ਅਜਿਹਾ ਕੰਮ ਨਹੀਂ ਕੀਤਾ ਜਿਸ ਦੇ ਨਾਲ ਯੂਪੀਐਸਸੀ ਦੇ ਉੱਤੇ ਸਵਾਲ ਖੜੇ ਹੋਣ ਪਰ ਯੂਪੀਐਸਸੀ ਨੇ ਪੂਜਾ ਦੇ ਖਿਲਾਫ ਮਾਮਲਾ ਜ਼ਰੂਰ ਕਰ ਦਿੱਤਾ ਤੇ ਪੂਜਾ ਨੇ ਵੀ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਉਸ ਨੂੰ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿਣਾ ਉਸ ਨੇ ਇਹ ਵੀ ਕਿਹਾ ਕਿ ਜਾਂਚ ਇਸ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਕੁਝ ਵੀ ਕਹਿਣ ਤੋਂ ਰੋਕਿਆ ਗਿਆ ਹੈ ਇਸ ਲਈ ਉਹ ਹਜੇ ਕੁਝ ਵੀ ਨਹੀਂ ਕਹਿ ਸਕਦੀ ਪੂਰਾ ਚੁੱਪ ਹੈ ਪਰ ਯੂਪੀਐਸ ਨੇ ਸ਼ਿਕਾਇਤ ਦਰਜ ਕਰ ਦਿੱਤੀ ਹੈ ਯੂਪੀਐਸਸੀ ਦੀ ਇਸ ਪ੍ਰੀਖਿਆ ਦੇ ਵਿੱਚ ਹੋਈ ਧੋਖਾਧੜੀ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਚਰਚਾ ਜ਼ਰੂਰ ਹੈ ਕਿ ਆਖਿਰ ਕਿਸ ਤਰੀਕੇ ਯੂਪੀਐਸਸੀ ਵਰਗੇ ਇੱਕ ਵੱਡੇ ਇਮਤਿਹਾਨ ਦੇ ਵਿੱਚ ਜਿਹੜਾ ਕਿ ਭਾਰਤ ਦਾ ਸਭ ਤੋਂ ਮੇਨ ਇਮਤਿਹਾਨ ਮੰਨਿਆ ਜਾਂਦਾ ਹੈ ਜਿਸ ਤੋਂ ਬਾਅਦ ਵਿਦਿਆਰਥੀ ਆਈਏਐਸ ਬਣਦੇ ਨੇ ਉਸ ਇਮਤਿਹਾਨ ਦੇ ਵਿੱਚ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਇਸ ਤਰੀਕੇ ਆਪਣੀ ਨੌਕਰੀ ਪ੍ਰਾਪਤ ਕਰ ਸਕਦਾ ਹੈ ਫਿਲਹਾਲ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਆਖਿਰ ਕੀ ਨਿਕਲਦਾ ਉਹ ਦੇਖਣਾ ਬੇਹਦ ਅਹਿਮ ਰਹੇਗਾ